ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈ। ਦੋਸਤੋ ਪਹਿਲੀ ਖਬਰ ਐਸ ਵੇਲੇ ਕੋਵਿਡ-19 ਬਾਰੇ ਆ ਔਰ ਕੋਵਿਡ-19 ਦੇ origin ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਪਿਛਲੇ ਸਮੇਂ ਦੇ ਵਿੱਚ ਚੱਲੀਆਂ। ਦੋ ਤਿਹਰਾ ਇੱਕ ਪਾਸੇ ਅਮਰੀਕਾ ਤੇ ਦੂਜੇ ਪਾਸੇ ਚੀਨ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਆ। ਚੀਨ ਨੇ ਸ਼ੁਰੂ ਦੇ ਵਿੱਚ ਇਲਜ਼ਾਮ ਲਾਇਆ ਸੀ ਕਿ ਇਹ ਵਾਇਰਸ ਅਮਰੀਕਾ ਤੋਂ ਆਇਆ ਤੇ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨੂੰ ਚੀਨੀ ਵਾਇਰਸ ਕਿਹਾ ਇਹ ਮਾਮਲਾ ਹੁਣ ਇਸ ਵੇਲੇ ਹੋਰ ਜ਼ਿਆਦਾ ਜਦੋਂ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਆਈ ਆ ਐਸੇ ਮਹੀਨੇ ਦੇ ਵਿੱਚ ਤਾਂ ਉਹਦੇ ਨਾਲ ਇਹ ਮਾਮਲਾ ਹੋਰ ਭੱਗ ਗਿਆ ਸੀ ਅੱਜ ਜਿਹੜੀ ਇੱਕ ਬੜੀ ਮਹੱਤਵਪੂਰਨ ਗੱਲਬਾਤ ਅਮਰੀਕਾ ਦੇ ਵਿਗਿਆਨੀਆਂ ਨੇ ਕੀਤੀ ਆ ਕਿ ਜੇ ਕੋਵਿਡ-19 ਦੇ origin ਬਾਰੇ ਸਾਨੂੰ ਚੰਗੀ ਤਰ੍ਹਾਂ ਨਾ ਪਤਾ ਲੱਗਿਆ ਭਾਵੇਂ ਜੇ ਸਾਨੂੰ ਇਹ ਚੰਗੀ ਤਰ੍ਹਾਂ ਨਾ ਖੋਜ ਕਰਨ ਦਿੱਤੀ ਕਿ ਕੋਵਿਡ-19 ਪੈਦਾ ਕਿੱਥੋਂ ਹੋਇਆ ਤਾਂ ਇਹ ਕੋਵਿਡ-26 ਵੀ ਆ ਸਕਦਾ 19 ਤੋਂ ਬਾਅਦ ਤੇ ਕੋਵਿਡ-32 ਵੀ ਆ ਸਕਦਾ ਸੋ so ਕੋਵਰ 26 ਤੇ ਕੋਵਰਡ 32 ਇਹ ਉਹ ਕਹਿੰਦੇ ਆ ਸਕਦੇ ਆ ਭਾਵੇਂ ਕਿ ਹੁਣ ਕੋਵਰਡ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਵੈਕਸੀਨ ਇਹਦੀ ਆ ਗਈ ਹੈ ਇੱਕ ਰਿਕਾਡ ਸਮੇਂ ਦੇ ਵਿੱਚ ਵੈਕਸੀਨ ਬਣੀ ਹੈ ਉਹ ਵੈਕਸੀਨ ਨੇ ਆਪਣਾ ਕੰਮ ਕੀਤਾ ਦੁਨੀਆ ਦੇ ਵਿੱਚ ਕੋਵਰਡ ਦੇ ਨੰਬਰ ਥੱਲੇ ਆ ਗਏ ਇਹਦੇ ਤੋਂ ਬਾਅਦ ਕੋਵਰਡ ਦੇ ਇਲਾਜ ਦੀਆਂ ਗੱਲਾਂ ਬਾਤਾਂ ਵੀ ਚੱਲੀਆਂ ਕਿ ਵਾਇਰਸ ਦੇ ਉੱਤੇ ਕੰਮ ਕਰਨ ਵਾਲੀ ਦਵਾਈ ਲੱਭੀ ਜਾਵੇ ਆਸਟ੍ਰੇਲੀਆ ਦੇ ਇੰਗਲੈਂਡ ਦੇ ਅਮਰੀਕਾ ਦੇ ਸਾਇੰਸਦਾਨਾਂ ਨੇ ਮਿਲ ਕੇ ਉਹ ਦਵਾਈ ਵੱਲ ਵੀ ਗੱਲਬਾਤ ਚੱਲ ਰਹੀ ਆ ਕਿ ਵੈਕਸੀਨ ਤਾਂ ਕੋਵਰਡ ਨੂੰ ਹਟਾਰੀ ਆ ਪਰ ਇੱਕ ਦਵਾਈ ਜਿਹੜੀ ਆ ਜੇ ਕਿਸੇ ਨੂੰ ਕੋਵਰਡ ਹੋ ਜਾਂਦਾ ਤਾਂ ਉਹਦਾ ਕੀ ਕੀਤਾ ਜਾਣਾ ਪਰ ਇਹਦੇ باوجود ਅੱਜ ਜਿਹੜੀ ਗੱਲਬਾਤ ਸਾਹਮਣੇ ਆਈ ਆ ਅੱਜ ਜਦੋਂ ਅਸੀਂ 31 ਮਈ ਨੂੰ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਆ ਤਾਂ ਉਸ ਵੇਲੇ ਯੂਐਸ ਦੇ ਹੈਲਥ ਐਕਸਪਰਟ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਇਹਦੇ ਸ਼ੁਰੂ ਹੋਣ ਬਾਰੇ ਪਤਾ ਲੱਗਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਅਸੀਂ ਕਿਸੇ ਵੇਲੇ ਵੀ ਸੰਕਟ ਦੇ ਵਿੱਚ ਆ ਸਕਦੇ ਆ ਪੀਟਰ ਹੌਟੇਜ ਇੱਕ ਸਾਇੰਟਿਸਟ ਆ ਜਿਹੜਾ ਕਿ ਟੈਕਸਸ ਦੇ ਵਿੱਚ ਚਿਲਡਰਨ ਹਸਪੀਟਲ ਦੇ ਵਿੱਚ ਉਹ ਸੈਂਟਰ ਫਾਰ ਵੈਕਸੀਨ ਡਿਵੈਲਪਮੈਂਟ ਦੇ ਵਿੱਚ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਕੋਵਿਡ ਦੇ origin ਬਾਰੇ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਕੋਵਿਡ 26 ਕੋਵਿਡ 30 32 ਆ ਸਕਦੇ ਆ ਇੱਕ ਹੋਰ ਵਿਗਿਆਨੀ ਨੇ ਇੱਥੇ ਦੇ ਅਮਰੀਕਾ ਦੇ ਜਿਹੜੇ ਫਾਰਮਰ ਕਮਿਸ਼ਨਰ ਨੇ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਕਾਟ ਗਟਲੀ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਚੀਨ ਕੋਲ ਇਸ ਗੱਲ ਦਾ ਅਜੇ ਤੱਕ ਸਬੂਤ ਨਹੀਂ ਜਾਂ ਉਹ ਦੁਨੀਆ ਦੀ ਇਸ ਗੱਲ ਦੇ ਉੱਤੇ ਤਸੱਲੀ ਨਹੀਂ ਕਰਾ ਸਕਦੇ ਕਿ ਇਹ ਵਾਇਰਸ ਸਾਡੀ ਲੈਬ ਦੇ ਵਿੱਚੋਂ ਲੀਕ ਨਹੀਂ ਹੋਇਆ ਚਾਈਨਾ ਇਹ ਕਹਿ ਰਿਹਾ ਜਾਂ ਹੁਣ ਤੱਕ ਦੀ ਜਿਹੜੀ ਥਿਊਰੀ ਆ ਕਿ ਜਾਨਵਰਾਂ ਤੋਂ ਵਾਇਰਸ ਮਨੁੱਖਾਂ ਦੇ ਵਿੱਚ ਫੈਲ ਗਿਆ ਪਰ ਹੁਣ ਇਹਦੇ ਬਾਰੇ ਕਿ ਇਹਦਾ ਪਤਾ ਲੱਗਣਾ ਬਹੁਤ ਜ਼ਰੂਰੀ ਆ ਬਹੁਤ ਸਾਰੇ ਸਾਈਂਸ ਇਸ ਵੇਲੇ ਸਾਹਮਣੇ ਆਏ ਆ ਆਪਾਂ ਪਿਛਲੇ ਦਿਨਾਂ ਤੋਂ ਵੀ ਤੁਹਾਡੇ ਨਾਲ ਗੱਲਬਾਤਾਂ ਕਰਦੇ ਆ ਰਹੇ ਆ ਕਿ ਜੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉੱਥੇ ਪਹਿਲਾਂ ਉਸ ਵੁਹਾਨ ਹੁਬਈ ਪ੍ਰੋਵਿੰਸ ਹੁਬਈ ਪ੍ਰੋਵਿੰਸ ਦਾ ਸ਼ਹਿਰ ਵੁਹਾਨ ਵੁਹਾਨ ਦੇ ਵਿੱਚ ਵਾਇਰੋਲੋਜੀ ਦੀ ਲੈਬ ਚਾਈਨਾ ਦੀ ਹੁਣ ਇਹਦੇ ਤੋਂ ਬਾਅਦ ਇਹਨਾਂ ਵਿਗਿਆਨੀਆਂ ਨੇ ਇੱਕ ਲੰਬੀ ਉੱਥੇ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਆ ਤੁਹਾਨੂੰ ਪਤਾ ਕਿ ਪਿਛਲੇ ਸਾਲੇ ਦੇ ਵਿੱਚ World Health Organization ਤੇ ਚੀਨ ਦੇ ਵਿਗਿਆਨੀਆਂ ਨੇ ਉੱਥੇ ਜਾ ਕੇ ਗੱਲਬਾਤ ਲੱਭਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਵਾਇਰਸ ਕਿੱਥੋਂ ਆਇਆ ਇਹ ਵਾਇਰਸ ਦਾ origin ਕਿੱਥੇ ਸੀ ਪਰ ਹੁਣ ਮੰਗ ਕੀਤੀ ਜਾ ਰਹੀ ਆ ਕਿ ਅਮਰੀਕਾ ਦੇ ਜਿਹੜੇ ਸਾਇੰਟਿਸਟ ਨੇ ਇਹਨਾਂ ਨੂੰ ਚੀਨ ਦੇ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ ਔਰ ਉੱਥੇ ਜਾ ਕੇ ਇਹਨਾਂ ਨੂੰ allow ਕੀਤਾ ਜਾਵੇ ਕਿ blood sample ਲੈ ਸਕਣ ਹਿਊਮਨ ਬੀਂਗਸ ਦੇ ਵੀ ਤੇ ਐਨੀਮਲਸ ਦੇ ਵੀ ਔਰ ਉਹ ਫਿਰ ਸਾਰੇ ਸੈਂਪਲ ਲੈ ਕੇ ਉਹਦੇ ਤੋਂ ਬਾਅਦ ਇੱਕ ਕਨਕਲੂਜਨ ਬਾਅਦ ਦੇ ਵਿੱਚ ਕੱਢਣ ਕਿ ਇਹ ਇਥੋਂ ਲੀਕ ਹੋਇਆ ਜਾਣ ਬੁੱਝ ਕੇ ਛੱਡਿਆ ਜਾਂ ਸੱਚਮੁੱਚ ਕੁਦਰਤੀ ਤੌਰ ਦੇ ਉੱਤੇ ਇਹ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਡਾਕਟਰ ਹਾਟੇਸ ਨੇ ਜਿਹੜੀ ਗੱਲ ਕਹੀ ਆ ਉਹ ਕਹਿੰਦੇ ਸਾਨੂੰ ਇੱਕ ਸਾਇੰਟਿਸਟ ਦੀ ਟੀਮ ਚਾਹੀਦੀ ਮਤਲਬ ਇੱਕ ਵੱਡੀ ਟੀਮ ਚਾਹੀਦੀ ਜਿਹਦੇ ਵਿੱਚ ਵਿਗਿਆਨੀ ਹੋਣ ਜਿਹਦੇ ਵਿੱਚ ਐਪਿਡੈਮੋਲੋਜਿਸਟ ਹੋਣ ਕਿ ਜਿਹੜੇ ਲੋਕ ਇਸ ਗੱਲ ਦੀ ਸਟੱਡੀ ਕਰਦੇ ਆ ਕਿ ਵਾਇਰਸ ਫੈਲਦਾ ਕਿੱਦਾਂ ਆ ਉਹਦੇ ਜਿਹੜੇ ਟਾਪ ਦੇ ਐਕਸਪਰਟ ਆਉ ਹੋਣ ਫਿਰ ਵਾਇਰੋਲੋজিস্ট ਹੋਣਗੇ ਜਿਹੜੇ ਵਾਇਰਸ ਦੇ ਲਾਈਫ ਸਾਈਕਲ ਬਾਰੇ ਵਾਇਰਸ ਦੀਆਂ ਸਾਰੀਆਂ ਗੱਲਾਂ ਬਾਤਾਂ ਬਾਰੇ ਜਾਣਦੇ ਇੱਕ ਵਾਇਰਸ ਹੁੰਦਾ ਕੀ ਆ ਬਣਦਾ ਕਿੱਦਾਂ ਆ ਇਹ ਮੈਨੂਮੇਡ ਹੁੰਦਾ ਆ ਜਾਂ ਕਿਹੜਾ ਕੁਦਰਤੀ ਹੁੰਦਾ ਆ ਉਹਦੇ ਤੋਂ ਬਾਅਦ ਉਹ ਕਹਿੰਦੇ ਸਾਡੇ ਨਾਲ ਬੈਟ ਇਕੋਲੋਜਿਸਟ ਚਾਹੀਦੇ ਜਿਹੜੇ ਚਮਗਿੱਦੜਾਂ ਦੇ ਮਾਹਰ ਹੋਣ ਚਮਗਿੱਦੜਾਂ ਦੇ ਲਾਈਫ ਸਾਈਕਲ ਉਹਨਾਂ ਦੇ ਸਾਰੇ ਜਿਹੜੇ ਉਹਨੂੰ ਸਮਝਦੇ ਹੋਣ ਤੇ ਫਿਰ ਉੱਥੇ ਜਾ ਕੇ ਉਹ ਹੁਬਈ ਪ੍ਰੋਵਿੰਸ ਦੇ ਵਿੱਚ ਸਾਨੂੰ ਭੇਜਣ ਤੇ ਉੱਥੇ ਸਾਨੂੰ 2-4 ਦਿਨ ਜਾਂ 10 ਦਿਨਾਂ ਨਾਲ ਗੱਲ ਨਹੀਂ ਬਣਨੀ ਉਹ ਕਹਿੰਦੇ ਘੱਟੋ-ਘੱਟ 6 ਮਹੀਨੇ ਤੋਂ ਲੈ ਕੇ ਸਾਲ ਤੱਕ ਸਾਨੂੰ ਉੱਥੇ ਭੇਜਿਆ ਜਾਵੇ ਤਾਂ ਅਸੀਂ ਜਾ ਕੇ ਇਹ ਖੋਜ ਕਰ ਸਕਦੇ ਹਾਂ ਔਰ ਫਿਰ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਹ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਇਸ ਵਾਇਰਸ ਨੂੰ ਖਤਮ ਕਰਨ ਦੇ ਲਈ ਤਾਂ ਕਿ ਅੱਗੇ ਤੋਂ ਇਹ ਨਾ ਫੈਲ ਸਕੇ ਤੁਹਾਨੂੰ ਪਤਾ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਜਿਹੜੀ ਅਮਰੀਕਨ ਇੰਟੈਲੀਜੈਂਸ ਹੈ ਉਹਨਾਂ ਨੂੰ ਥੋੜੇ ਦਿਨ ਪਹਿਲਾਂ 90 ਦਿਨ ਦਾ ਸਮਾਂ ਦਿੱਤਾ ਹੈ ਕਿ ਤੁਸੀਂ 90 ਦਿਨ ਦੇ ਵਿੱਚ ਵਿੱਚ ਆਪਣੀ ਰਿਪੋਰਟ ਦਿਓ ਔਰ ਜੋ ਬਾਈਡਨ ਥੋੜਾ ਜਿਹਾ ਇਸ ਗੱਲ ਦੇ ਉੱਤੇ ਕਹਿ ਲੋ ਕਿ ਉਹਨਾਂ ਦੇ ਆਰਗੂਮੈਂਟ ਵੀ ਹੈ World Health Organization ਦੇ ਨਾਲ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਉਸੇ ਤਰ੍ਹਾਂ ਨਹੀਂ ਕੀਤੀ ਗਈ ਜਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਸੀ ਤੇ World Health Organization ਇਸ ਵੇਲੇ ਅਮਰੀਕਾ ਦੀ ਇਸ ਗੱਲ ਨੂੰ ਕਹਿ ਰਿਹਾ ਕਿ ਇਹਦੇ ਪਿੱਛੇ ਪੋਲਿਟিক্যাল ਮੋਟਿਵ ਆ ਮਤਲਬ ਇਹ ਰਾਜਨੀਤੀ ਤੋਂ ਪ੍ਰੇਰਿਤ ਜਿਹੜੀ ਸਟੇਟਮੈਂਟ ਆ ਇਹ ਕਿ ਇਹਦੀ ਦੁਬਾਰਾ ਖੋਜ ਵੀਨ ਕੀਤੀ ਜਾਣੀ ਚਾਹੀਦੀ ਹੈ ਜਦੋਂ ਕਿ ਉਹ ਕਹਿੰਦੇ ਅਸੀਂ ਇਹ ਖੋਜ ਵੀਨ ਕਰ ਚੁੱਕੇ ਹਾਂ World Health Organization ਦੇ ਟਾਪ ਐਮਰਜੈਂਸੀ ਐਕਸਪਰਟ ਨੇ ਮਾਈਕ ਰਿਆਨ ਉਹਨਾਂ ਨੇ ਕਿਹਾ ਕਿ ਇਹ ਸਾਰਾ ਪ੍ਰੋਸੈਸ ਜਿਹੜਾ ਆ ਇਹ ਪੌਇਜ਼ਨਡ ਬਾਈ ਪੋਲਿਟਿਕਸ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਹੈ ਤੇ ਅਮਰੀਕਾ ਇਸ ਗੱਲ ਨੂੰ ਯਕੀਨ ਨਹੀਂ ਕਰ ਰਿਹਾ ਪਹਿਲਾਂ ਰਾਸ਼ਟਰਪਤੀ ਟਰੰਪ ਉਹਨਾਂ ਦੇ ਵੇਲੇ ਉਹਦੇ ਤੋਂ ਬਾਅਦ ਹੁਣ ਜੋ ਬਾਈਡਨ ਦੇ ਵੇਲੇ ਵੀ ਇਹ ਗੱਲ ਜੋਰ ਸ਼ੋਰ ਦੇ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇਹ ਹੋਵੇ ਨਾ ਹੋਵੇ ਵਾਇਰਸ ਉਥੋਂ ਲੀਕ ਹੋਇਆ ਆ ਤੇ ਇਹਦਾ origin ਜਿਹੜਾ ਉਹ ਪਤਾ ਲੱਗਣਾ ਹੋਣਾ ਚਾਹੀਦਾ ਸੋ ਚੀਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਇਹਦੇ ਉੱਤੇ ਫੋਰਨ ਅਫੇਅਰ ਦੇ ਫੋਰਨ ਮਿਨਿਸਟਰੀ ਦੇ ਸਪੋਕਸ ਪਰਸਨ ਨੇ ਜ਼ਾਹੋ ਲਿਜੈਨ ਉਹ ਕਹਿੰਦੇ ਵੀ ਅਸੀਂ ਇਸ ਗੱਲ ਨੂੰ ਸਾਫ਼-ਸਾਫ਼ ਤੌਰ ਦੇ ਉੱਤੇ ਕਹਿੰਦੇ ਹਾਂ ਕਿ ਇਹ ਇੱਕ ਪੋਲਿਟਿਕਲ ਮੈਨੀਪੂਲੇਸ਼ਨ ਆ ਸਾਡੇ ਉੱਤੇ ਬਲੇਮ ਸ਼ਿਫਟਿੰਗ ਆ ਕਿ ਅਮਰੀਕਾ ਦੇ ਕੋਲੋਂ ਆਪਣੇ ਕੋਲੋਂ ਵਾਇਰਸ ਦਾ ਇਲਾਜ ਨਹੀਂ ਹੋਇਆ ਆਪਣੀਆਂ ਗਲਤੀਆਂ ਕਾਰਨ ਇਹਨਾਂ ਨੇ ਵਾਇਰਸ ਫੈਲਾ ਲਿਆ ਨੁਕਸਾਨ ਇਟਾ ਵੱਡਾ ਹੋ ਗਿਆ ਤੇ ਹੁਣ ਉਸ ਬਲੇਮ ਤੋਂ ਬਚਣ ਦੇ ਲਈ ਇਹ ਸਾਡੇ ਉੱਤੇ ਗੱਲਬਾਤ ਸੱਟ ਰਹੇ ਆ 23 ਮਈ ਨੂੰ ਵਾਲ ਸਟਰੀਟ ਜਰਨਲ ਅਮਰੀਕਾ ਦਾ ਪ੍ਰਸਿੱਧ ਅਖਬਾਰ ਜਿਨੇ ਇਹ ਗੱਲਬਾਤ ਦੱਸੀ ਸੀ ਕਿ ਤਿੰਨ ਵਿਗਿਆਨੀ ਦੇਖੇ ਗਏ ਆ ਜਿਨ੍ਹਾਂ ਨੂੰ ਉਹ ਇਲਾਜ ਕੀਤਾ ਗਿਆ ਜਿਨ੍ਹਾਂ ਦੀ ਮਦਦ ਕੀਤੀ ਗਈ ਹੈ ਕੋਵਿਡ-19 ਵਰਗੇ ਲੱਛਣਾਂ ਤੋਂ ਜਦੋਂ ਚੀਨ ਅਨਾਉਂਸ ਕਰਦਾ ਹੈ ਕਿ ਸਾਡਾ ਕੋਵਿਡ-19 ਦਾ ਇਹਦਾ ਇਹਦਾ ਕਰਕੇ ਵਾਇਰਸ ਆ ਤੇ ਦੁਨੀਆ ਨੂੰ ਇਹ ਗੱਲ ਪਤਾ ਲੱਗਦਾ ਉਹਦੇ ਤੋਂ ਪਹਿਲਾਂ ਜਿਹੜੇ ਵਿਗਿਆਨੀ ਸੀਗੇ ਉਹਨਾਂ ਨੂੰ ਉੱਥੇ ਕੋਵਿਡ ਹੋ ਚੁੱਕਾ ਸੀ ਇਹਦਾ ਦੂਜਾ ਭਾਵੇਂ ਆ ਕਿ ਕੋਵਿਡ ਪਹਿਲਾਂ ਤੋਂ ਚੀਨ ਦੇ ਵਿੱਚ ਮੌਜੂਦ ਸੀਗਾ ਤੇ ਇਹ ਗੱਲਬਾਤ ਉਹਨਾਂ ਨੇ ਦੁਨੀਆ ਦੇ ਨਾਲ ਸਾਂਝੀ ਨਹੀਂ ਕੀਤੀ ਜਿਹੜੀ ਐਸ ਵੇਲੇ ਸਭ ਤੋਂ ਵੱਡਾ ਸੰਕਟ ਦੁਨੀਆ ਦੇ ਸਾਹਮਣੇ ਬਣ ਕੇ ਆਈ ਆ ਵਾਈਟ ਹਾਊਸ ਐਸ ਵੇਲੇ ਇਸ ਗੱਲ ਦੇ ਲਈ ਬਹੁਤ ਚਿੰਤਤ ਆ ਕਿ 6 ਲੱਖ ਦੇ ਕਰੀਬ ਜਿਹੜੇ ਅ ਅਮਰੀਕਨ ਆ ਤੇ 3.5 ਮਿਲੀਅਨ ਦੇ ਕਰੀਬ ਵਰਲਡਵਾਈਡ ਐਸ਼ਵਲੇ ਇਹਦੇ ਤੋਂ ਜਾਨ ਗਵਾ ਬੈਠੇ ਆ ਜਿਹੜੀਆਂ ਰਿਪੋਰਟਸ ਆ ਰਹੀਆਂ ਆ ਤੇ ਡਾਕਟਰ ਹੋਟੇਜ ਨੇ ਬਹੁਤ ਉਹਨਾਂ ਨੇ ਜਿਹੜੀ ਜੋ ਬਾਈਡਨ ਹੋਣੇ ਗੱਲਬਾਤ ਕੀਤੀ ਸੀ ਆਪਣੀ ਇੰਟੈਲੀਜੈਂਸ ਨੂੰ ਇੰਟੈਲੀਜੈਂਸ ਏਜੰਸੀਜ਼ ਨੂੰ ਕਿ ਤੁਸੀਂ 90 ਦਿਨ ਦੇ ਵਿੱਚ ਵਿੱਚ ਰਿਪੋਰਟ ਦਿਓ ਡਾਕਟਰ ਹੋਟੇਜ ਨੇ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕੀਤਾ ਉਹ ਕਹਿੰਦੇ ਇੰਟੈਲੀਜੈਂਸ ਗੈਦਰਿੰਗ ਦੇ ਨਾਲ ਸਮੱਸਿਆ ਹੱਲ ਨਹੀਂ ਹੋਣੀ ਕਿ ਬਹੁਤ ਇਹਦਾ ਕੋਈ ਖਾਸ ਫਾਇਦਾ ਨਹੀਂ ਹੋਣਾ ਉਹ ਕੋਈ ਇੰਟੈਲੀਜੈਂਸ ਕਲੈਕਟ ਕਰਨੀ ਵੀ ਜ਼ਰੂਰੀ ਆ ਪਰ ਇਹਦੇ ਤੋਂ ਜ਼ਿਆਦਾ ਆਊਟਬ੍ਰੇਕ ਦੀ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਆ ਕਿ ਆਊਟਬ੍ਰੇਕ ਕਿੱਥੋਂ ਹੋਈ ਆ ਇਹ ਗੱਲਬਾਤ ਫੈਲਦੀ ਕਿੱਥੋਂ ਆ ਇਹ ਸ਼ੁਰੂ ਕਿੱਥੋਂ ਹੋਈ ਆ ਸੋ ਘੱਟੋ-ਘੱਟ 12 ਮਹੀਨੇ ਦਾ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਹੋਵੇ ਹਬਈ ਦੇ ਵਿੱਚ ਜਾ ਕੇ ਅਸੀਂ ਸਾਇੰਟਿਸਟ ਜਾਈਏ ਡਾਟਾ ਕਲੈਕਟ ਕਰੀਏ ਤਾਂ ਅਸੀਂ ਦੱਸ ਸਕਦੇ ਆ ਜੇ ਇਹ ਗੱਲ ਨਾ ਕੀਤੀ ਗਈ ਤਾਂ ਇਸ ਕੋਵਿਡ-19 ਦੇ ਉੱਤੇ ਤੁਸੀਂ ਕਾਬੂ ਪਾ ਲੋਗੇ ਪਰ ਇਹ ਤੋਂ ਬਾਅਦ ਕੋਵਿਡ-26 ਕੋਵਿਡ-32 ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ